ਕੀਤਾ ਹੋਇਆ ਭਈ ਰੇਡ ਐਨ ਕਮਾਲਾ ਹੁੰਦੀ ਹੋਈ ਹੈ ਅੱਗੇ ਵੱਧ ਕੇ ਫਿਰ ਕੀਤਾ ਗਿਆ ਹਮਲਾ ਇਸ ਖਿਡਾਰੀ ਦਾ ਬੜਾ ਤਗੜਾ ਮੈਚ ਇੱਕ ਇੱਕ ਨੰਬਰ ਬਹੁਤ ਕੀਮਤੀ ਹਨੇਰੀ ਸਾਹਿਬ ਮਿੱਠੂ ਮਿੱਠੂ ਹੇਅਰ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਬੱਲੇ ਬੱਲੇ ਹੋਈ ਪਈ ਉੱਖੜ ਦੇ ਪੈਰ ਕਬੱਡੀ 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 ਨਾਰਥ ਅਮਰੀਕਾ ਦੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਹੋਰ ਨੰਬਰ ਦੇਖਣ ਵਿੱਚ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਵਾਸਤੇ ਨੌਜਵਾਨ ਤਿਆਰ ਬਰ ਤਿਆਰ ਡਾਲਰ ਦੁੱਲੇ ਦੇ ਵਾਸਤੇ ਮਾਨ ਸਨਮਾਨ ਬੀਟੀਐਸ ਦਾ ਬਹੁਤ ਬਹੁਤ ਧੰਨਵਾਦ ਹੈ ਪਰਮਜੀਤ ਸਾਡੇ ਵੀਰ ਪੰਮੀ ਜੀ ਬੀਟੀਐਸ ਬੱਗੇ ਪਿੰਡੀਏ ਦੁੱਲੇ ਦੇ ਵਾਸਤੇ $40 ਦੇ ਮਾਨ ਸਨਮਾਨ ਨਾਓ ਅੰਡਰ 25 ਦੀਆਂ ਟੀਮਾਂ ਬਹੁਤ ਜਲਦ ਆ ਜਾਣ ਜੀ ਗਰਾਊਂਡ ਦੇ ਲਾਗੇ ਅੰਡਰ 20 75 ਸਿੰਘ ਵਾਧਾ ਹੋਇਆ ਕਬੱਡੀ ਖਿਡਾਰੀ ਭਈ ਰੇਡ ਪੰਜਾਬੀ ਮਾਂ ਦਾ ਬਲਵਾਨ ਪੁੱਤ ਬਲੀ ਯੋਧਾ ਬਾਜਾ ਬੜਾ ਕਰਾਉਣ ਵਾਲੀ ਗੱਲ ਕਰਦਾ ਤੇਰਾ ਵੀ ਜਹਾਨ ਉੱਤੇ ਨਾ ਹੋ ਜਾਵੇ ਦੁੱਲੇ ਗੁਰਲਾਲ ਤੇ ਸੰਦੀਪ ਵਾਂਗਰ ਆ ਤੇਰੀਆਂ ਵੀ ਸੱਥਾਂ ਵਿੱਚ ਗੱਲਾਂ ਹੁਣ ਸੁੱਕੀ ਪੱਡੇ ਅਤੇ ਗੁਲਜੀਤ ਵਾਂਗਰ ਹਾਂ ਪੁੱਜਿਆ ਕਰਨਗੇ ਵਿਸ਼ੇ ਤੌਰ ਤੇ ਟੀਮਾਂ ਦੇ ਇੱਕ ਇੱਕ ਕੋਚ ਮਿਹਰਬਾਨੀ ਕਰਕੇ ਆ ਜਾਣ ਤੇਰੇ ਪਾਸੇ ਸੰਦੀਪ ਗੁਰਨਾ ਤਾਂ ਲਾਗੇ ਨੇ ਸੰਦੀਪ ਗੁਰਨਾ ਜੀ ਤਾਂ ਲਾਗੇ ਨੇ ਹਰ ਖੋਲੀਏ ਸੇਠੀ ਦੀ ਟੀਮ ਦਾ ਇੱਕ ਨੁਮਾਇੰਦਾ ਵੀ ਲਾਗੇ ਪੁੱਜਿਆ ਵੇ ਸੁਖਦੇਵ ਸਿੰਘ ਜੀ ਗਿੱਲ ਸਾਹਿਬ ਇਧਰੇ ਪਾਸੇ ਇਹਦੇ ਵੀ ਅੰਡਰ 25 ਦੀਆਂ ਟੀਮਾਂ ਬਹੁਤ ਜਲਦ ਤਿਆਰ ਹੋ ਕੇ ਗਰਾਊਂਡ ਦੇ ਲੱਗ ਗਏ ਜਾਣ ਲਓ ਇਧਰ ਮੈਦਾਨ 75 ਦੀ ਰੇਡ ਜਲਾਲਪੁਰੀਆ ਪਾਲਾ ਮੈਦਾਨ ਦੇ ਅੰਦਰ ਡੱਕਣ ਦੀ ਕੋਸ਼ਿਸ਼ ਕਰਦਾ ਲਓ ਕਬੱਡੀ 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 ਦੇ ਮਾਨ ਸਨਮਾਨੇ ਜੋ ਟੀਮ ਨਾਰਥ ਅਮਰੀਕਾ ਦੀ ਖੇਡ ਰਹੀ ਹੈ ਇਹ ਐਨਪੀ ਟਰੈਕਿੰਗ ਦੇ ਸਾਡੇ ਵੀਰ ਪੰਮਾ ਜੀ ਉਹਨਾਂ ਦੀ ਸਪਾਂਸਰ ਕੀਤੀ ਗਈ ਹੈ ਐਨਪੀ ਟਰੈਕਿੰਗ ਤੇ ਸੁਖਵੰਤ ਗਿੱਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਫਾਈਵ ਰੂਫਿੰਗ ਟੋਟੀਆਂ ਵਾਲਿਆਂ ਦਾ ਬਹੁਤ ਵੱਡਾ ਨਾਮ ਹੈ ਫਾਈਵ ਰੂਫਿੰਗ ਤੇ ਸੁਖਵੰਤ ਸਿੰਘ ਤੇ ਨਾਲ ਸਾਡੇ ਸਤਿਕਾਰਯੋਗ ਮਾਨਯੋਗ ਵੀਰ ਬਹੁਤ ਬਹੁਤ ਧੰਨਵਾਦ ਹੈ ਐਨਪੀ ਟਰੈਕਿੰਗ ਪੰਮਾ ਜੀ ਉਹਨਾਂ ਦਾ ਜਿਹਨਾਂ ਦੀ ਸਪਾਂਸਰ ਟੀਮ ਹੈ ਨਾਰਥ ਅਮਰੀਕਾ ਦੀ ਆਪਦਰ ਲਾਈਵ ਕਬੱਡੀ ਦੀ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਇਲੈਕਟ੍ਰੋਨਿਕ ਪ੍ਰਿੰਟ ਸੋਸ਼ਲ ਮੀਡੀਆ ਨਾ 75 ਇਹ ਮੋਤੀਪੁਰ ਪਿੰਡ ਹੈ ਖਿਡਾਰੀ ਦਾ ਸੁਲਤਾਨਪੁਰ ਲੋਧੀ ਦਾ ਏਰੀਆ ਜਿਹੜਾ ਵੀ ਇੱਕ ਜਫਾ ਹੁਣ ਲਾ ਗਿਆ ਤੇ ਰਾਜ ਜਾਮਾਰਾ ਤੇ ਚਰਨਜੀਤ ਬਰਾੜ ਵੱਲੋਂ $100 ਹੋਊਗਾ ਰਾਜ ਜਾਮਾਰਾ ਤੇ ਚਰਨਜੀਤ ਬਰਾੜ ਹੁਣ ਵੱਲੋਂ $100 ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਇਹ ਹੈ 75 ਮੋਤੀਪੁਰੀ ਆ ਬਾਲ ਕਲੀਵਲੈਂਡ ਵੱਲੋਂ ਅਮਨ ਥਿਗਲੀ ਬੱਲਾ ਹੁੰਦੀ ਹੈ ਮੈਚ ਬੜਾ ਤਕੜਾ ਹਾਂਜੀ ਵੀਰ ਜੀ ਸੋਰੀ ਥੈਂਕ ਯੂ ਸਾਰਿਆਂ ਨੂੰ ਸੱਦਾ ਕਿ ਤੁਸੀਂ ਜਲਦੀ ਤੋਂ ਜਲਦੀ ਗਰਾਊਂਡ ਦੇ ਕੋਲ ਆ ਜਾਓ ਮੇਰੇ ਵੀਰ ਸਾਰੇ ਕਿਉਂਕਿ ਇਸ ਤੋਂ ਬਾਅਦ ਸਿਰਫ ਦੋ ਮੈਚ ਹੋਰ ਕਬੱਡੀ ਦੇ ਨੇ ਮੈਚ ਵੇਖਣ ਵਾਲੇ ਨੇ ਸਾਰਾ ਕਮੇਟੀ ਵਾਲਿਆਂ ਦਾ ਜਿੱਥੇ ਜ਼ੋਰ ਲੱਗਿਆ ਪੂਰਾ ਟੂਰਨਾਮੈਂਟ ਕਰਵਾ